ਸਾਡੀ ਇਸ 24 ਸਾਲ ਦੀ ਤਹਿਰੀਕ ਵਿੱਚ ਬੜੇ ਟਰਨਸ ਆਏ, ਸਾਡੇ ਅਚੀਵਮੈਂਟਸ ਚੀਜ਼ਾਂ ਸਾਨੂੰ ਹਾਸਲ ਕੀਤੀਆਂ। ਉਦੋਂ ਇੱਕ ਸਬੂਤ ਥੋੜ੍ਹੀ ਦੇਰ ਪਹਿਲੇ ਮਿਲਿਆ, ਇੱਕ ਵਾਲਦ ਸਾਹਿਬ ਆਏ ਤਾਂ ਕਹਿੰਦੇ ਮੈਂ ਇਨਕੋ ਕਾਨਫਰੰਸ ਵਿੱਚ ਤਾਂ ਸ਼ਾਇਦ ਆਉਂਦਾ ਕਿ ਨਾ ਆਉਂਦਾ, ਅਤੇ ਮੈਨੂੰ ਮੇਰੀ ਧੀ ਨੇ ਮਜਬੂਰ ਕੀਤਾ ਹੈ ਕਿ ਬਾਬਾ ਤਾਂ ਨੇ ਹੁਣ ਅੱਜ ਕਾਨਫਰੰਸ ਵਿੱਚ ਸ਼ਾਮਿਲ ਜਾਣਾ, ਅਤੇ ਉਹ ਬੱਚੀ ਅਤੇ ਬੱਚੀ ਦਾ ਪਿਓ ਬੈਠਾ ਹੈ, ਅਤੇ ਮੈਂ ਦੋਵਾਂ ਨੂੰ ਬੁਲਾਉਣਾ ਵਾਂ ਅਤੇ ਤੁਹਾਡੇ ਸਾਹਮਣੇ ਆਰਾਮ ਕਹਾਣੀ ਆਪਣੀ ਤੁਹਾਡੇ ਸਾਹਮਣੇ ਦੋਨੋਂ ਪੇਸ਼ ਕਰ ਸਕ ਆ ਜਾਓ। ਇੱਕ ਸਮਝੋ ਕਿ ਕਲਾਈਮੈਕਸ ਹੈ ਜੀ, ਖੁਦ ਹੀ ਪੇਸ਼ ਕਰ ਸਕ ਜੋ ਹੈ ਮੇਰੇ ਸਾਹਮਣੇ ਮੁਖਤਸਰ ਜੇ ਪੇਸ਼ ਕੀਤਾ ਹੈ, ਤੁਹਾਡੇ ਸਾਹਮਣੇ ਦੋਨੋਂ ਪੇਸ਼ ਕਰ ਸਕ। ਮੈਂ ਸਮਝਦਾ ਕਿ ਮੇਰੀ 24 ਸਾਲ ਦਾ ਹਾਸਲ। ਥੈਂਕ ਯੂ ਸਰ, ਸ਼ੁਕਰੀਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਮੇਰਾ ਨਾਮ ਫੈਸਲ ਮੁਸ਼ਤਾਕ ਅਵਾਨ ਹੈ, ਆਲ ਪਾਕਿਸਤਾਨ ਕਲਰਕ ਐਸੋਸੀਏਸ਼ਨ CNW ਡਿਪਾਰਟਮੈਂਟ ਦੇ ਨਾਲ ਮੇਰਾ ਤਾਲੁਕ ਹੈ, ਅਤੇ ਉਹਨਾਂ ਦਾ ਮੈਂ ਜਨਰਲ ਸੈਕਟਰੀ ਹਾਂ। ਗੁਜ਼ਸ਼ਤਾ 22 ਸਾਲਾਂ ਸੇ ਮੈਂ ਜਨਰਲ ਸੈਕਟਰੀਸ਼ਿਪ 'ਤੇ ਧਿਆਨ ਹਾਂ। ਇਹ ਮੇਰੀ ਬੇਟੀ ਹੈ ਮੁਸਕਾਨ ਫੈਸਲ ਅਵਾਨ, ਇਹ ਮੇਰੀ ਬੱਚੀ ਹੈ ਮੁਸਕਾਨ ਫੈਸਲ ਅਵਾਨ। ਬੜੀਆਂ ਗੱਲਾਂ ਹੋਈਆਂ ਸੁਬੋ ਵੀ, ਅਤੇ ਇਹ ਗੱਲ ਹੁਣ ਦੁਬਾਰਾ ਕੀਤੀ ਗਈ ਹੈ ਕਿ ਹਿੰਦਕੋ ਦੇ ਨਾਲ ਜ਼ਿਆਦਤੀ ਕਰਨ ਵਾਲੇ ਅਸੀਂ ਖੁਦ ਹੀ ਸਾਨੂੰ ਖੁਦ ਕਾਫੀ ਹੱਦ ਤੱਕ ਜ਼ਿਆਦਤੀ ਕੀਤੀ, ਲੇਕਿਨ ਇਸ ਜ਼ਿਆਦਤੀ ਦੇ ਬਾਰੇ ਸਾਨੂੰ ਸੋਚ ਦਿੱਤੀ ਹੈ ਗੰਧਾਰ ਹਿੰਦਕੋ ਬੋਰਡ ਨੇ ਕਿ ਬਈ ਅਸੀਂ ਹਿੰਦਕੋ ਦੇ ਨਾਲ ਜ਼ਿਆਦਤੀ ਤਾਂ ਕਰ ਰਹੇ ਹਾਂ। ਮੈਂ ਜ਼ਿਆਉਦੀਨ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ, ਕੁਰੈਸ਼ੀ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ, ਦੂਸਰਾ ਇਹਨਾਂ ਦੇ ਨਾਲ ਜਿਹੜਾ ਕਾਫਲਾ ਪਿਆ ਚੱਲਦਾ, ਮੈਂ ਖਰਾ ਜੀ ਤਹਿਸੀਨ ਪੇਸ਼ ਕਰਨਾ ਵਾ ਉਹਨਾਂ ਨੂੰ ਕਿ ਉਹਨਾਂ ਨੇ ਘਰ ਘਰ ਗਲੀ ਗਲੀ ਕੋਨੇ ਕੋਨੇ ਦੇ ਵਿਚਕਾਰ ਹਿੰਦਕੋ ਨੂੰ ਹੁਣ ਆਮ ਕਰਨਾ ਸ਼ੁਰੂ ਕਰ ਦਿੱਤਾ, ਅਤੇ ਇਨਸ਼ਾਅੱਲਾ ਤਾਲਾ ਆਇੰਦਾ 10 ਸਾਲਾਂ ਦੇ ਵਿਚਕਾਰ ਮੈਨੂੰ ਇੰਤਹਾਈ ਰੋਸ਼ਨ ਮੁਸਤਕਬਿਲ ਹਿੰਦਕੋ ਦਾ ਪਿਆ ਨਜ਼ਰ ਆਉਂਦਾ, ਅਤੇ ਅੱਲਾ ਕਰ ਸੀ ਕਿ ਸਾਰੇ ਬੱਚੇ ਹਿੰਦਕੋ ਬੋਲ ਸਨ। ਇਹ ਮੇਰੀ ਬੱਚੀ ਪਿਸ਼ਾਵਰ ਮਾਡਲ ਡਿਗਰੀ ਕਾਲਜ ਦੀ ਸਟੂਡੈਂਟ ਹੈ ਜੀ, ਮੈਟ੍ਰਿਕ ਜਿਸਨੇ ਫੋਰਵਰਡ ਪਬਲਿਕ ਸਕੂਲ ਸਟਾਪ ਕੀਤਾ ਆ, ਅਤੇ ਅੱਲਾ ਦੇ ਹੁਕਮ ਦੇ ਨਾਲ ਤੁਹਾਡੀਆਂ ਦੋਵਾਂ ਦੇ ਨਾਲ ਇਹ ਅੱਗੇ ਵੀ ਇਨਸ਼ਾਅੱਲਾ ਇਸੇ ਤਰ੍ਹਾਂ ਆਉਂਦੀ ਰਸੀ ਹਿੰਦਕੋ ਕਾਨਫਰੰਸਾਂ ਦੇ ਵਿਚਕਾਰ, ਬਾਕਾਇਦਾ ਇਹਨਾਂ ਦੀ ਮੈਂਬਰਸ਼ਿਪ ਅਖਤਿਆਰ ਕਰ ਸੀ, ਅਤੇ ਜਿਤਨੀ ਵੀ ਕੋਸ਼ਿਸ਼ ਹੋ ਸਕੀ ਉਹ ਇਹਨਾਂ ਮੈਂਬਰਾਂ ਦੇ ਨਾਲ ਇਸ ਕਾਫਲੇ ਦੇ ਵਿਚਕਾਰ ਇੱਕ ਅਦਨਾ ਜਿਹਾ ਸਿਪਾਹੀ ਬਣ ਕੇ ਚੱਲ ਸੀ ਅਤੇ ਖਿਦਮਤ ਸਰ ਅੰਜਾਮ ਦਿੰਦੀ ਰਹੀ। ਮੈਂ ਸੁਬਹ ਆਇਆ, ਕਾਨਫਰੰਸ ਅਟੈਂਡ ਕੀਤੀ ਹੈ, ਜਗਲਾ ਸਾਹਿਬ ਦੀਆਂ ਗੱਲਾਂ ਸੁਣੀਆਂ, ਸਾਰੇ ਮੁਕਰਰੀਨ ਦੀਆਂ ਗੱਲਾਂ ਸੁਣੀਆਂ, ਅਤੇ ਦੁਬਾਰਾ ਮੈਂ ਚੂੰਕਿ ਜੁਮੇ ਦਿਨ ਆਇਆ ਬੱਚਿਆਂ ਨੂੰ ਪਿੱਕ ਐਂਡ ਡਰੋਪ ਮੈਂ ਖੁਦ ਕਰਨਾ, ਅਤੇ ਇਹਨਾਂ ਦੀ ਛੁੱਟੀ ਆਈ ਤਕਰੀਬਨ 12:15 ਵਜੇ, ਮੈਂ ਇੱਥੋਂ ਨਿਕਲ ਗਿਆ ਹਾਂ। ਨਮਾਜ਼ ਤੋਂ ਬਾਅਦ ਮੇਰੀ ਅੱਖੀ ਲੱਗ ਗਈ, ਮੈਂ ਸੋ ਗਿਆ। ਇਹਨੇ ਮੈਨੂੰ ਉਠਾਇਆ ਅਤੇ ਮੈਨੂੰ ਕਹਿੰਦੀ ਕਿ ਬਾਬਾ ਤੁਸੀਂ ਕਾਨਫਰੰਸ 'ਤੇ ਗਏ ਹੋ? ਮੈਨੇ ਕਿਹਾ ਬਿਲਕੁਲ ਬੇਟਾ ਮੈਂ ਗਿਆ, ਅਤੇ ਮੇਰੇ ਬਗੈਰ ਚਲੇ ਗਏ ਹੋ? ਮੈਂ ਕਿਹਾ ਬੇਟਾ ਤੁਸੀਂ ਤਾਂ ਕਾਲਜ 'ਚ ਹੋ। ਕਹਿੰਦੀ ਇਹ ਕਿਹੜੇ ਟਾਈਮ ਤੱਕ ਹੈ? ਮੈਂ ਕਿਹਾ ਕਾਰਡ ਵੀ ਹੈ, ਦੇਖ ਲਓ, ਪੜ੍ਹ ਲਓ। ਕਹਿੰਦੀ ਇਹ ਤਾਂ ਰਾਤੀ 9 ਵਜੇ ਤੱਕ ਹੈ, ਅਤੇ ਬਾਬਾ ਕੱਲ੍ਹ ਮੇਰੀ ਕਾਲਜ 'ਚੋਂ ਆਫ ਹੈ, ਛੁੱਟੀ ਹੈ, ਕੱਲ੍ਹ ਫਸਟ ਈਅਰ ਦਾ ਪੇਪਰ ਹੈ, ਸੈਕਿੰਡ ਈਅਰ ਦਾ ਪੀਰ ਨੂੰ, ਅਤੇ ਤੁਸੀਂ ਮੈਨੂੰ ਆਉਣ ਲਈ ਚਾਹੋ? ਮੈਂ ਕਿਹਾ ਬੇਟਾ ਛੋੜ, ਮੈਂ ਥੱਕਿਆ ਹਾਂ, ਇਤਨੀ ਦੂਰ ਦਾ ਰਸਤਾ ਹੈ, ਸਾਡੀ ਖੈਰ ਦੇ ਨਾਲ ਇਹ ਰੈਪਿਡ ਬੱਸ ਨੇ ਸਾਰੀ ਦੁਨੀਆ ਨੂੰ ਪਾਜ਼ਾਬ ਕੀਤਾ ਹੈ, ਅਤੇ ਉਸ ਵਜ੍ਹਾ 'ਤੇ ਆਉਣਾ ਜਾਣਾ ਬੜਾ ਮਸਲਾ ਹੈ। ਤਾਂ ਉਹ ਮੈਨੂੰ ਕਹਿੰਦੀ ਹੈ ਨਹੀਂ, ਇਹ ਜਾਣਾ ਹੈ ਸਾਨੇ, ਅਤੇ ਉਹ ਅੰਕਲ ਕੁਰੈਸ਼ੀ ਸਾਹਿਬ ਅਤੇ ਅੰਕਲ ਜ਼ਿਆਉਦੀਨ ਸਾਹਿਬ ਮੇਰੇ ਸੀ ਖਫਾ ਹੋ ਜੋ ਸੁਣ, ਇਹਨਾਂ ਨੇ ਪਿਛਲੇ ਹਫ਼ਤੇ ਕੁਛ ਪਿਸ਼ਾਵਰ ਮਾਡਲ ਕਾਲਜ ਨੂੰ ਬੁਲਾਏ ਆਏ ਥੇ, ਜਿਸ ਦੇ ਵਿਚਕਾਰ ਬੱਚੀ ਵੀ ਆਈ, ਅਤੇ ਇਹ ਇੱਥੋਂ ਵਾਪਸ ਗਈ, ਅਤੇ ਮੈਨੇ ਇਸ ਕੁਸ਼ਚਨ ਕੀਤਾ ਬੇਟਾ ਕਿੰਨੀ ਲੜਕੀਆਂ ਆਈਆਂ? ਅਤੇ ਇਹਨੇ ਕਿਹਾ ਬੇਟਾ ਬਾਬਾ ਇਹ ਪੂਰੇ ਕਾਲਜ ਦੇ ਵਿਚਕਾਰ ਅਸੀਂ 54 ਇਨਕੋ ਸਪੀਕਿੰਗ ਲੜਕੀਆਂ ਗਏ। ਮੈਂ ਕਿਹਾ ਬੇਟਾ ਇਤਨਾ ਵੱਡਾ ਕਾਲਜ ਹੈ ਅਤੇ ਸਿਰਫ 54 ਬੱਚੇ ਨੇ ਇਨਕੋ ਬੋਲਣੇ ਵਾਲੇ? ਕਿਹਾ ਬਾਬਾ ਇਹ ਉਹ ਇਨਕੋ ਬੋਲਣੇ ਵਾਲੀਆਂ ਆਈਆਂ ਜਿਹੜੀਆਂ ਘਰਾਂ 'ਚ ਵੀ ਇਨਕੋ ਬੋਲਦੀਆਂ ਹਨ, ਅਤੇ ਮੈਂ ਬਹੁਤ ਖੁਸ਼ ਹੋਇਆ, ਬਹੁਤ ਖੁਸ਼ੀ ਹੋਈ ਹੈ ਮੈਨੂੰ। ਕਮ ਅਜ਼ ਕਮ ਇੱਕ 54 ਇਹ ਬੱਚੀਆਂ ਜਿਹੜੀਆਂ ਵਿਆਹੀਆਂ ਜਸੂ, ਅਤੇ 54 ਇਹਨਾਂ ਦੀ ਨਸਲ ਨੂੰ ਇਨਕੋ ਲੋਰੀਆਂ ਮਿਲ ਸਕਦੀਆਂ ਨੇ। ਅੱਲਾ ਪਾਕ ਜੀ ਸਾਡੇ ਇਸ ਕਾਫਲੇ ਨੂੰ, ਜ਼ਿਆਉਦੀਨ ਸਾਹਿਬ ਦੇ ਕਾਫਲੇ ਨੂੰ ਇਸੇ ਤਰ੍ਹਾਂ ਰਵਾਂ ਦਵਾਂ ਰੱਖੇ। ਮੈਂ ਆਪਣੀ ਬੇਟੀ ਨੂੰ ਕਹਿਸਾਂ ਕਿ ਇਹ ਅੰਕਲ ਉਹਨਾਂ ਦਾ ਸ਼ੁਕਰੀਆ ਅਦਾ ਕਰੇ, ਅਤੇ ਇਨਸ਼ਾਅੱਲਾ ਇਹਨਾਂ ਦੇ ਨਾਲ ਪ੍ਰੋਮਿਸ ਕਰੇ ਕਿ ਇਹ ਆਪਣੇ ਫਰੈਂਡਸ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਵੀ ਇਹ ਵੀ ਗੱਲਾਂ ਕਰ ਸੁਣ ਜਿਹੜੀਆਂ ਇੱਥੇ ਆਉਂਦੀਆਂ ਪਈਆਂ।
ਅੰਕਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਜ਼ਬਾਨ ਨੂੰ ਇਤਨਾ ਫਰੋਗ ਦਿੰਦੇ ਪਏ, ਤੁਸੀਂ ਤਰੱਕੀ ਵਾਸਤੇ ਇਤਨੀ ਕਾਵਿਸ਼ਾਂ ਕਰਦੇ ਪਏ ਹੋ। ਅੱਜ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਮੈਂ ਆਪਣੇ ਘਰ ਵਿੱਚ ਆਪਣੀ ਫਰੈਂਡਸ ਦੇ ਨਾਲ ਸਭ ਦੇ ਨਾਲ ਇਨਕੋ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੀ।